ਸੈਂਟਰ ਨੇ ਲਾਂਚ ਕਰਿਆ ਸੈੱਟ ਨਵਾਂ ਵੀ ਘੱਟ ਕੋਸਟ ਦਾ, 4 ਇੰਚੀ ਫਰੇਮ ਹੈ, 24 ਇੰਚੀ ਡਿਸਕ ਹੈ ਇਹਨੂੰ, ਇਹ ਬਹੁਤ ਵਧੀਆ ਨਵਾਂ ਮਾਡਲ, ਇਹਦਾ ਸਾਨੂੰ ਵਧੀਆ ਮੇਲਿਆਂ ਦੇ ਰਿਸਪੋਂਸ ਮਿਲ ਰਿਹਾ ਅਤੇ ਬਹੁਤ ਹੀ ਵਧੀਆ ਚੱਲਦੀਆਂ ਤਵੀਆਂ, ਅਤੇ ਕਿਸਾਨਾਂ ਨੇ ਵੀ ਇੱਥੇ ਬਹੁਤ ਬੁਕਿੰਗ ਕਰਵਾਈ ਹੈ ਇਹ ਸੈੱਟ ਦੀ। ਇਹ ਤਵੀ ਕਲਟੀਵੇਟਰ ਦਾ ਜਿੱਥੇ ਵੀ ਨਾਮ ਆਉਂਦਾ ਤਾਂ ਜੱਗੀ ਐਗਰੀਕਲਚਰ ਵਰਕਸ ਕਪੂਰਪੁਰਾ ਦਾ ਨਾਮ ਆਪਣੇ ਆਪ ਹੀ ਚਿਹਰੇ ਪੂਰੇ ਆ ਜਾਂਦਾ। ਅਤੇ ਸਾਡੇ ਨਾਲ ਜੁੜੇ ਨੇ ਮਨਿੰਦਰ ਸਿੰਘ ਜੀ ਜੱਗੀ ਐਗਰੀਕਲਚਰ ਵਰਕਸ ਕਪੂਰਪੁਰਾ ਵੱਲੋਂ, ਅਤੇ ਉਹ ਸਾਨੂੰ ਜੱਗੀ ਦੇ ਵੱਖਰੇ ਵੱਖਰੇ ਪ੍ਰੋਡਕਟ ਬਾਰੇ ਦੱਸਣਗੇ। ਮਨਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ 'ਤੇ। ਕਿਸਾਨ ਵੀਰਾਂ ਨੂੰ ਇਹ ਦੱਸੋ ਵੀ ਜੱਗੀ ਦੇ ਵਿੱਚ ਕੀ ਖਾਸ ਆ ਅਤੇ ਬਾਕੀ ਦੇ ਪ੍ਰੋਡਕਟ ਬਾਰੇ ਵੀ ਸਾਨੂੰ ਜਾਣਕਾਰੀ ਦਿਓ ਪੂਰੀ। ਹਾਂਜੀ, ਅਸੀਂ ਜਿੱਦਾਂ ਕਿ ਆਏ ਸਾਲ ਇੱਥੇ ਮੇਲੇ 'ਤੇ ਡਿਸਪਲੇ ਕਰਦੇ ਹਾਂ ਸੈੱਟ ਡਿਸਕੈਰ ਉਹਦੇ, ਅਤੇ ਆਏ ਸਾਲ ਨਵੀਂ ਟੈਕਨੋਲੋਜੀ ਲੈ ਕੇ ਆਉਂਦੇ ਹਾਂ। ਹੁਣ ਵੀ ਅਸੀਂ ਇੱਥੇ ਹਰੇਕ ਮਾਡਲ ਛੋਟੇ ਤੋਂ ਲੈ ਕੇ ਵੱਡੇ ਤੱਕ ਸਿਰੇ ਤੱਕ ਡਿਸਪਲੇ ਕੀਤੇ ਹੋਏ ਹਾਂ ਮਾਡਲ, ਛੋਟੇ ਜ਼ਿਮੀਦਾਰ ਤੋਂ ਲੈ ਕੇ ਵੱਡੇ, ਜਿਹਨਾਂ ਕਿ ਜਿਹਨਾਂ ਕੋਲ ਮਤਲਬ 250 ਏਕੜ 300 ਏਕੜ ਜ਼ਮੀਨ ਹੈ, ਸਾਰਿਆਂ ਵਾਸਤੇ ਫਿਰ ਇੱਥੋਂ ਲੈ ਕੇ ਉੱਥੋਂ ਤੱਕ ਸੈੱਟ ਡਿਸਪਲੇ ਕੀਤੇ ਹੋਏ ਹਨ ਨਵੀਂ ਟੈਕਨੋਲੋਜੀ ਦੇ ਸਾਰੇ। ਇਹ ਜਿੱਦਾਂ ਕਿ ਅਸੀਂ ਹੁਣ ਇਹ ਸੈੱਟ ਲਾਂਚ ਕੀਤੇ ਆ ਨਵੇਂ, ਅਤੇ ਇਹਨਾਂ 'ਚ ਅੰਦਰ ਜਿੱਦਾਂ ਇਹ ਪਿੱਤਲ ਦਾ ਹੌਸਲਾ ਤਾ ਅਤੇ ਵਿੱਚ ਤਾਂ ਹੀ ਡਿਸਕੈਰ ਉਹ ਆਰਾਮ ਨਾਲ ਖੁੱਲ੍ਹੇ, ਇੱਥੇ ਇਹ ਪਿੱਤਲ ਦੇ ਹੌਸਲਾ ਹੋਏ ਹੋਏ, ਟੈਂਪਰ ਪਿੰਨਾਂ ਪਾਈਆਂ ਹੋਈਆਂ ਅਤੇ ਆਰਾਮ ਨਾਲ ਖੁੱਲ੍ਹਦਾ ਇਹ ਸੈੱਟ ਇਸ ਦੇ। ਹਾਂ, ਅਤੇ ਵਿੱਚ ਇਹਨੂੰ ਡਿਸਕ ਅਸੀਂ ਬੋਰ ਸਟੀਲ ਦੀ ਪਾਈ ਹੋਈ ਹੈ, ਹਾਈਡ੍ਰੋਲਿਕ ਜੈਕ ਹੋ ਗਏ, ਇਹ ਲੋਕ ਜੈਕ ਲਾਏ ਹੋਏ ਹਾਂ ਅਸੀਂ, ਉੱਧਰਲੇ ਪਾਸੇ ਟੈਂਪਰ ਪੱਲਾ ਲਾਤਾ ਅਸੀਂ ਤਾਂ ਕਿ ਮਿੱਟੀ ਪਰੇ ਵੱਟਦੇ ਨਾ ਸਿੱਟੇ, ਸਾਰੀ ਇਹਨੂੰ ਕੁਆਲਿਟੀ ਵਾਈਜ਼ ਬਣਾਈ ਹੋਈ ਹੈ। ਜਿੱਦਾਂ ਇਹ ਵਿੱਚ ਇਹਨੂੰ ਸਪੂਲ ਪਏ ਹੋਏ ਹੈ, ਅੰਦਰ ਇਹ ਸਪੂਲ, ਇਹਦੇ ਸਾਡਾ ਕੰਪਨੀ ਦਾ ਮਾਰਕ ਲੱਗਿਆ ਹੋਇਆ, ਇਹ ਜਿਹੜਾ ਟਰੈਕਟਰ ਦੀ ਇੰਜਨ ਦੀ ਬਲੋਕ ਢਲਾਈ ਹੁੰਦੀ ਹੈ, ਇਹ ਮਟੀਰੀਅਲ ਹੈ, ਇਹਨੂੰ ਮਿੱਟੀ ਨਹੀਂ ਚਿੰਬੜਦੀ, ਤਵੀਆਂ ਸ਼ੁੱਧ ਅਤੇ ਸਾਫ਼ ਚੱਲਦੀਆਂ, ਇਹਦੇ ਨਾਲ ਮਤਲਬ ਟਰੈਕਟਰ ਲੋਡ ਨਹੀਂ ਲੈਂਦਾ, ਸਾਰਾ ਹੀ ਬੋਲਟ ਇਹਨੂੰ ਜਿੰਨਾ ਵੀ ਬੋਲਟ ਲੱਗਿਆ ਹੋਇਆ ਅਨਬ੍ਰੇਕੋ ਬੋਲਟ ਲੱਗਿਆ ਹੋਇਆ, ਇਹਦੇ ਨਾਲ ਮਿਲਦਾ ਜੁਲਦਾ ਸੀ ਇਹਦਾ ਥੋੜ੍ਹੀ ਵੱਧ ਕੋਸਟ ਦਾ, ਵੀ ਥੋੜ੍ਹੇ ਜਿੱਦਾਂ ਵੱਡੇ ਜ਼ਿਮੀਦਾਰ ਹੈ। ਇਹ ਸੈਂਟਰ ਟਾਇਰ ਲਾਂਚ ਕਰਿਆ ਸੈੱਟ ਨਵਾਂ, ਇਹ ਨਵਾਂ ਅਸੀਂ ਲਾਂਚ ਕਰਿਆ ਵੀ ਘੱਟ ਕੋਸਟ ਦਾ, 4 ਇੰਚੀ ਫਰੇਮ ਹੈ ਇਹਦੀ, ਜਦੋਂ ਟਰੈਕਟਰ ਮਗਰ ਜੁੜ ਗਈ ਹਾਈਡ੍ਰੋਲਿਕ, ਕੋਈ ਪਿੰਨ ਕੱਢਣ ਦੀ ਲੋੜ ਨਹੀਂ, ਇਹਨੇ ਬਸ ਜਿੰਨੀਆਂ ਤੁਸੀਂ ਲਾਉਣਾ ਚਾਹੁੰਦੇ ਹਾਂ ਕਿ ਟਾਇਰ ਮੁਤਾਬਕ ਲੱਗਣੀਆਂ, 2 ਇੰਚੀ ਪਟਾਈ ਕਰਨੀ ਆ, 4 ਇੰਚੀ ਉਹਨੇ ਤੁਸੀਂ ਟਾਇਰ ਚੱਕ ਸਕਦੇ ਹਾਂ, ਅਤੇ ਜਿੰਨੀ ਮਰਜ਼ੀ ਇਹਦੀ ਨਾ ਤੁਸੀਂ ਡਿੱਪ ਖੇਤ ਨੂੰ ਡੰਗਾਈ ਵੱਲ ਲੈ ਸਕਦੇ ਹਾਂ। ਅਤੇ ਹੋਰ ਇਹਦੇ ਅਸੀਂ ਜਿੰਨੀਆਂ ਵੀ ਮਤਲਬ ਇਹਦੇ ਸਾਰੀਆਂ ਪਿੰਨਾਂ ਪੁੰਨਾਂ ਪਾਈਆਂ ਹੋਈਆਂ, ਟੈਂਪਰ ਪਿੰਨਾਂ, ਗਰੀਸ ਪੁਆਇੰਟ ਲਾਏ ਹੋਏ ਹਾਂ, ਅਤੇ ਜੈਕ ਦੇ ਸਾਰੇ ਜਿੰਨੇ ਵੀ ਲੋਕ ਡੱਬੀਆਂ ਲੱਗੀਆਂ ਹੋਈਆਂ ਇਹਨੂੰ ਵੀ ਸਾਰੇ ਹੀ ਅਸੀਂ ISO ਮਾਰਕ ਮਾਲ ਲਾਇਆ ਹੋਇਆ, ਵਿੱਚ ਬੈਰਿੰਗ ਪਾਏ ਹੋਏ ਹਾਂ, ਸਾਰਾ NVC SKF, ਅਤੇ ਵਿੱਚ ਇਹਦੇ ਸਲੀਪ ਪਈ ਹੋਈ ਹੈ ਜਿਹੜੀ ਉਹ ਸਟੀਲ ਦੀ ਪਾਈ ਹੋਈ ਹੈ, ਅਸੀਂ ਆਮ ਲੋਕ ਕੰਪਨੀਆਂ 'ਤੇ ਦੇਖਦੀਆਂ ਸਲੀਪਾਂ ਪਾ ਰਹੇ ਹਾਂ, ਕਾਸਟਿੰਗ ਦੀਆਂ ਅਸੀਂ ਸਾਰੀ ਸਟੀਲ ਦੀਆਂ ਪਾ ਰਹੇ ਹਾਂ, 24 ਇੰਚੀ ਡਿਸਕ ਹੈ ਇਹਨੂੰ, ਅਤੇ ਇਹ ਬਹੁਤ ਵਧੀਆ ਨਵਾਂ ਮਾਡਲ, ਇਹਦਾ ਸਾਨੂੰ ਵਧੀਆ ਮੇਲਿਆਂ ਦੇ ਰਿਸਪੋਂਸ ਮਿਲ ਰਿਹਾ ਅਤੇ ਬਹੁਤ ਹੀ ਵਧੀਆ ਚੱਲਦੀਆਂ ਤਵੀਆਂ, ਅਤੇ ਕਿਸਾਨਾਂ ਨੇ ਵੀ ਇੱਥੇ ਬਹੁਤ ਬੁਕਿੰਗ ਕਰਵਾਈ ਹੈ ਇਹ ਸੈੱਟ ਦੀ। ਜਿੱਦਾਂ ਕਿ ਅੱਜ ਸਰਕਾਰ ਨੇ ਉਪਰਾਲਾ ਕੀਤਾ ਵੀ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਓ, ਇਹ ਉਹਦੇ ਵਾਸਤੇ 26 ਇੰਚੀ ਡਿਸਕ ਹੈ ਅਤੇ 100% ਬੋਰ ਸਟੀਲ ਦੀ ਹੈ, ਅਤੇ ਜਿੰਨੇ ਵੀ ਅਸੀਂ ਇਹਨੂੰ ਬੁਸ਼ ਵਗੈਰਾ ਪਾਏ ਹੋਏ ਹਾਂ ਇੱਥੇ ਪਿਸਟਮ ਦੇ ਬੁਸ਼ ਪਾਏ ਹੋਏ, ਤੁਸੀਂ ਇਹਨੂੰ ਚਾਹੇ ਦਿਨ 'ਚ ਇੱਦਾਂ ਚੱਲ ਰਹੀਆਂ ਖੇਤ 'ਚ ਦਿਨ 'ਚ ਚਾਹੇ 50-60 ਵਾਰ ਉੱਪਰ ਨੀਚੇ ਹੋਵੇ, ਇਹਦੇ ਬੁਸ਼ ਹੈ ਜਿਹੜੇ ਅੰਦਰ ਪਾਏ ਹੋਏ ਆ ਉਹ ਘੱਸਦੇ, ਸਾਰੀਆਂ ਇਹਨੂੰ ਵੀ ਟੈਂਪਰ ਪਿੰਨਾਂ ਲੱਗੀਆਂ ਹੋਈਆਂ। ਬਾਹਰਲਾ ਤਵਾ ਇਹਨੂੰ ਬਲੋਟਾ ਦਾ, ਸਪੇਨ ਕੰਪਨੀ ਦਾ, 6 ਇੰਚੀ ਫਰੇਮ ਹੈ ਇਹਦਾ, ਇਹ ਵੀ ਸਾਰਾ ਅਸੀਂ ਅਪੋਲੋ ਦਾ ਮਾਲ ਆ ਰੱਖਿਆ, ISO ਮਾਰਕ ਆ ਮਾਲ, ਜੈਕ ਜੁੱਕ ਸਭ ਇਹਦੇ ਹਾਈਡ੍ਰੋਲਿਕ ਸਭ ਹੈਵੀ ਪਾਏ ਹੋਏ ਹਨ, ਇਹਨੂੰ ਵੀ ਉੱਦਾਂ ਹੀ ਅਸੀਂ ਸਲੀਪਾਂ ਸਟੀਲੀ, ਅਤੇ ਇਹਨੂੰ ਅਸੀਂ ਜਿੱਦਾਂ ਕਿ ਇਹ 13 ਦਾ ਸੈੱਟ ਹੈ, ਇਹਨੂੰ ਅਸੀਂ ਪਾਰਟ ਵਾਈਜ਼ ਪਾਇਆ ਹੋਇਆ ਵੀ ਇਹ 6 ਤਵੇ ਅਲੱਗ ਘੁੰਮਦੇ ਹਨ, 5 ਤਵੇ ਉਹਦੇ ਅਲੱਗ ਘੁੰਮਦੇ ਹਨ, ਵੀ ਕੱਲ੍ਹ ਕੋਈ ਮੈਂਟੇਨੈਂਸ ਪ੍ਰੋਬਲਮ ਨਾ ਆਵੇ। ਪਾਰਟ ਕੀਤਾ ਹੋਇਆ ਇਹਦਾ ਸੈਂਟਰ 'ਚੋਂ, ਇਹ ਸਾਈਡ 'ਤੇ ਆ ਗਿਆ ਜਿੱਦਾਂ ਕਿ ਆਹ ਲੱਗਿਆ ਹੋਇਆ ਟੈਂਪਰ ਪੱਲਾ,
ਅਤੇ ਕਮਾਣੀ ਦਾ ਲਾਤਾ ਸੀ। ਇਹ ਵਾਈਬ੍ਰੇਸ਼ਨ ਕਰਦਾ ਜਦੋਂ ਚੱਲਦਾ, ਇਹਦੇ ਨਾਲ ਮਿੱਟੀ ਵੀ ਨਹੀਂ ਚਿੰਬੜਦੀ, ਇਹ ਪਿਓਰ ਕਮਾਣੀ ਦਾ। ਇਹ ਵੀ ਤੁਸੀਂ ਜਿੰਨੀ ਮਰਜ਼ੀ ਡਿਪ 'ਚ ਜਾ ਸਕਦੇ ਹਾਂ। ਇਹਦੇ ਅਸੀਂ ਟਾਇਰ ਹੈ ਜਿਹੜਾ 460 15 ਦਾ ਟਾਇਰ ਲਾਇਆ ਹੋਇਆ BKT ਕੰਪਨੀ ਦਾ, ਅਤੇ ਟਾਇਰਾਂ ਨੇ ਉਹਦਾ ਜਦੋਂ ਅਸੀਂ ਖੇਤ ਚਲਾਉਣੀ ਹੈ ਟਾਇਰ ਇਹਦੇ ਤੁਸੀਂ ਉਤਾਂਹ ਚੱਕ ਲੈਣੇ ਆ। ਜੇ ਤੁਸੀਂ ਨਾ ਲਾ ਕੇ ਚਲਾਉਣੇ ਆ ਵੀ ਮਤਲਬ 4 ਇੰਚ ਗਿਰਾਈ ਜਾਣਾ ਟਾਇਰ ਨਾ ਲਾ ਕੇ ਚਲਾ ਸਕਦੇ ਹਾਂ। ਜਦੋਂ ਹੋਰ ਤਵੀਆਂ ਨੀਚੇ ਪਰਾਲ ਕੁਝ ਵਿੱਚ ਵਾਹੁਣਾ ਜਾਂ ਚਿੱਤੇ ਚੱਕਣੀਆਂ, ਤੁਸੀਂ ਇਹਦੇ ਟਾਇਰ ਕੰਮ ਕਰਨਗੇ, ਕੰਮ ਟਾਇਰਾਂ 'ਤੇ ਚੱਲਣੀਆਂ ਇਹਨਾਂ ਨੇ। ਜਦੋਂ ਵੀ ਰੋਡੀਆਂ ਹੀ ਚੱਲਣਾ ਟਾਇਰ ਉਤਾਂਹ ਚੱਕ ਲਓ ਇਹਦੇ। ਮਨਿੰਦਰ ਸਿੰਘ ਜੀ, ਇੱਕ ਚੀਜ਼ ਮੈਂ ਪੁੱਛਣੀ ਚਾਹੁੰਦਾ ਵੀ ਕਿਸਾਨ ਵੀਰਾਂ ਨੂੰ ਇਹ ਦੱਸੋ ਵੀ ਇਹਨਾਂ ਦੀ ਸੇਫਟੀ ਵਾਸਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜਦੋਂ ਚਲਾਉਣ ਲੱਗੇ ਆ? ਸੇਫਟੀ ਵਾਸਤੇ ਤਾਂ ਜਿੱਦਾਂ ਕਿਸਾਨ ਇਹਨੂੰ ਟਰੈਕਟਰ ਦੇ ਮਗਰ ਜੋੜਦਾ, ਸਭ ਤੋਂ ਪਹਿਲਾਂ ਜਿੱਦਾਂ ਜੋੜ ਰਿਹਾ ਉੱਥੇ ਲੀਵਰ ਦੇ ਉੱਪਰ ਓਪਰੇਟ ਕਰ ਰਿਹਾ ਨਾ, ਉਹ ਪਿੱਛੇ ਕੋਈ ਲਾਗੇ ਨਾ ਖੜਿਆ ਹੋਵੇ, ਵੀ ਜਦੋਂ ਉਹਨੇ ਲੀਵਰ ਉੱਪਰ ਨੀਚੇ ਕਰਨਾ ਇਹਦੇ ਤਵਿਆਂ ਤੋਂ ਆਪਣੇ ਪੈਰ ਪੂਰ ਦੂਰ ਹੋਣ, ਇਹਨੇ ਨੀਚੇ ਗਿਰ ਜਾਣਾ ਆ ਰਿਹਾ ਜੀ, ਜਦੋਂ ਉੱਥੋਂ ਲੀਵਰ ਛੇੜਤਾ। ਮਤਲਬ ਜਦੋਂ ਪੈਪਾਂ ਪੁੱਪਾਂ ਲਗਾ ਰਹੇ ਹਾਂ ਇਹਨੂੰ ਉੱਪਰ ਨੀਚੇ ਕਰ ਰਹੇ ਹਾਂ, ਕਿਸਾਨ ਨੂੰ ਜਿਹੜਾ ਨੀਚੇ ਨੇੜੇ ਖੜਿਆ ਉਹਨੂੰ ਦੂਰ ਰਹਿਣਾ ਚਾਹੀਦਾ, ਵੀ ਤਵਿਆਂ ਦੇ ਲਾਗੇ ਨਹੀਂ ਲੱਗਣਾ ਚਾਹੀਦਾ, ਵਿਚਕਾਰ ਨਹੀਂ ਖੜਨਾ ਚਾਹੀਦਾ, ਅਤੇ ਜਾਂ ਪਿੰਨਾ ਪੁੰਨਾ ਉਹਦੋਂ ਹੱਥ ਦੂਰ ਰੱਖਣੇ ਚਾਹੀਦੇ ਆਪਣੇ, ਪਿੰਨਾ ਕੱਟ ਕੇ ਚਲਾਓ ਇਹਨਾਂ, ਨਾ ਹੀ ਕਿਸਾਨ ਦਾ ਵੀ ਨੁਕਸਾਨ ਹੋਊਗਾ ਅਤੇ ਤਵੀਆਂ ਦਾ ਵੀ ਨਹੀਂ ਕੋਈ ਨੁਕਸਾਨ ਹੋਊਗਾ।